ਸੀ ਸਰ ਇਹ ਕੀ ਮਾਮਲਾ ਜਿਹੜਾ ਰੇਪ ਕੇਸ ਕਿ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸੰਬੰਧੀ ਐਫ ਆਈ ਆਰ ਦਰਜ ਕਰਤੀ ਅਸੀਂ 376-511 'ਚ ਅਤੇ ਜਿਹੜਾ ਲੋੜੀਂਦਾ ਦੋਸ਼ੀ ਸੀ ਉਹ ਗ੍ਰਿਫਤਾਰ ਕਰ ਲਿਆ ਉਹ ਰਿਮਾਂਡ 'ਤੇ ਹੈਗਾ ਕਿੱਥੋਂ ਦਾ ਰਹਿਣ ਵਾਲਾ ਬੰਦਾ ਜਿਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਇਹ ਮਜੀਠਾ ਰੋਡ ਦਾ ਹੀ ਰਹਿਣ ਵਾਲਾ ਪਿੱਛੋਂ ਕੀ ਗੁਰਦੁਆਰੇ ਦੇ ਅੰਦਰ ਹੋਏ ਇਹ ਚੀਜ਼ਾਂ ਸਾਰੀਆਂ ਡਿਸਕਲੋਜ ਨਹੀਂ ਅਸੀਂ ਕਰ ਸਕਦੇ ਇਹ ਮੈਟਰ ਰਿਲੇਟਡ ਟੂ ਗਰਲ ਸੀ ਸੀ ਟੀ ਵੀ ਉਹ ਸਾਰਿਆਂ ਅਜੇ ਬੇਸਿਕਲ ਸਟੇਜ 'ਤੇ ਹੈਗੀ ਹੈ ਇਨਵੈਸਟੀਗੇਸ਼ਨ ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਬਾਕੀ ਜੋ ਵੀ ਹੈਗਾ ਤੁਹਾਨੂੰ ਇਨਪੁੱਟ ਦੱਸ ਦਿੱਤਾ ਸਰ ਕਿਹੜੀ ਧਾਰਾ ਲੱਗੀ ਅਤੇ 376-511 ਜੀ ਸਰ ਇਹ ਕੀ ਮਾਮਲਾ ਜਿਹੜਾ ਰੇਪ ਕੇਸ ਇਹ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਸੰਬੰਧੀ ਐਫ ਆਈ ਆਰ ਦਰਜ ਕਰਤੀ ਅਸੀਂ 376-511 'ਚ ਅਤੇ ਜਿਹੜਾ ਲੋੜੀਂਦਾ ਦੋਸ਼ੀ ਸੀ ਉਹ ਗ੍ਰਿਫਤਾਰ ਕਰ ਲਿਆ ਉਹ ਰਿਮਾਂਡ 'ਤੇ ਹੈਗਾ ਬਾਕੀ ਸਰ ਕਿੱਥੋਂ ਦਾ ਰਹਿਣ ਵਾਲਾ ਬੰਦਾ ਜਿਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਇਹ ਮਜੀਠਾ ਰੋਡ ਦਾ ਹੀ ਰਹਿਣ ਵਾਲਾ ਪਿੱਛੋਂ ਕੀ ਗੁਰਦੁਆਰੇ ਦੇ ਅੰਦਰ ਹੋਏ ਇਹ ਚੀਜ਼ਾਂ ਸਾਰੀਆਂ ਡਿਸਕਲੋਜ ਨਹੀਂ ਅਸੀਂ ਕਰ ਸਕਦੇ ਇਹ ਮੈਟਰ ਰਿਲੇਟਡ ਟੂ ਗਰਲ ਸੀ ਸੀ ਟੀ ਵੀ ਉਹ ਸਾਰਿਆਂ ਅਜੇ ਬੇਸਿਕਲ ਸਟੇਜ 'ਤੇ ਹੈਗੀ ਹੈ ਇਨਵੈਸਟੀਗੇਸ਼ਨ ਦਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਬਾਕੀ ਜੋ ਵੀ ਹੈਗਾ ਤੁਹਾਨੂੰ ਇਨਪੁੱਟ ਦੱਸ ਦਿੱਤਾ ਸਰ ਕਿਹੜੀ ਧਾਰਾ ਲੱਗੀ ਅਤੇ 376-511